ਸਤਿ ਸ਼੍ਰੀ ਅਕਾਲ, ਮੈਂ ਰਚਨਾ ਸ਼ਰਮਾ ਵਨ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਅਹਿਮ ਸੁਰਖੀਆਂ ਤੇ। ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਦੇ ਧਰਨਿਆਂ ਤੇ ਸਾਧਿਆ ਨਿਸ਼ਾਨਾ, ਕਿਹਾ ਪਿਛਲੇ 10 ਸਾਲਾਂ ਦੇ ਅਕਾਲੀ ਸਰਕਾਰ ਵਾਲੇ ਜ਼ੁਲਮ ਹੁਣ ਕਰ ਰਹੀ ਹੈ ਕਾਂਗਰਸ ਸਰਕਾਰ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਟਲੀ ਵਿੱਚ ਕਰਵਾਇਆ ਵਿਆਹ। ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਲਏ 7 ਫੇਰੇ। ਮੋਗਾ ਵਿੱਚ ਚੋਰਾਂ ਨੇ ਅਦਾਲਤ ਦੇ ਕੋਰਟ ਰੂਮ ਨੂੰ ਬਣਾਇਆ ਨਿਸ਼ਾਨਾ। ਸਿਵਲ ਜੱਜ ਸ਼ਿਲਪਾ ਮੈਡਮ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਲਈ ਲਗਾਈ ਗਈ LED ਹੋਈ ਚੋਰੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇਟਲੀ ਦੇ ਸ਼ਹਿਰ ਟਸਕਨੀ ਦੇ ਵਿੱਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ ਹੈ। ਵਿਰਾਟ ਅਤੇ ਅਨੁਸ਼ਕਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਵੈਸੇ ਤਾਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਬੁਰੇ ਹਾਲਾਤਾਂ ਦੇ ਚੱਲਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਤੋਂ ਤੋਬਾ ਕਰਦੇ ਨੇ, ਪਰ ਜ਼ਿਲ੍ਹਾ ਸੰਗਰੂਰ ਦੇ ਰਤੋਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਟੀਚਿੰਗ ਸਟਾਫ ਇੰਨਾ ਮਿਹਨਤੀ ਹੈ ਕਿ ਉਹਨਾਂ ਨੇ ਆਪਣੇ ਇੱਕ ਵੱਖਰੀ ਹੀ ਛਾਪ ਛੱਡੀ ਹੈ। ਸਕੂਲ ਦੇ ਵਿਦਿਆਰਥੀਆਂ ਦੀ ਅਕੈਡਮਿਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਦੀ ਪ੍ਰਾਪਤੀ ਅਤੇ ਸ਼ੋਹਰਤ ਤੋਂ ਪ੍ਰਭਾਵਿਤ ਸਿੰਗਾਪੁਰ ਵਿੱਚ ਵਸੇ 20 ਕਾਲਜਾਂ ਦੇ ਵਿਦਿਆਰਥੀਆਂ ਦਾ ਦਲ, ਜੋ ਕਿ ਮੂਲ ਰੂਪ ਤੋਂ ਭਾਰਤੀ ਨੇ, ਉੱਥੋਂ ਦੀ ਨੌਜਵਾਨ ਸਿੱਖ ਐਸੋਸੀਏਸ਼ਨ ਦੇ ਪ੍ਰਤੀਨਿਧੀ ਦੇ ਨਾਲ ਸੰਗਰੂਰ ਦੇ ਸਕੂਲ ਪਹੁੰਚਿਆ, ਜੋ 26 ਦਸੰਬਰ ਤੱਕ ਇਸ ਸਕੂਲ ਵਿੱਚ ਰਹਿ ਕੇ ਆਪਣੇ ਖਰਚੇ ਤੇ ਇਸ ਸਕੂਲ ਦੀ ਨੁਹਾਰ ਬਦਲੇਗਾ। ਸਾਰੀ ਟੀਮ ਵਿੱਚ ਅਸੀਂ 21 ਜਾਣੇ ਆਏ ਹਾਂ, ਸਟੂਡੈਂਟਸ ਹਾਂ, ਅਤੇ ਇੱਕ ਤਾਂ ਕੀ ਕੰਮ ਕਰਦੀ ਆ ਅਤੇ ਦੂਸਰਾ ਵੀ ਕੰਮ, ਦੋ ਕੰਮ ਕਰਦੇ ਅਤੇ ਇੱਕ ਵਕੀਲ ਆ, ਮੈਂ ਵਕੀਲ ਹਾਂ। ਸਾਡੀ ਪਰਪਸ ਅਸੀਂ ਆਉਣ ਵਾਸਤੇ ਕਿ ਸੋਸ਼ਲ ਵਰਕ ਆ, ਜਿਵੇਂ ਅਸੀਂ ਕਿ ਸਕੂਲ ਨੂੰ ਅਡੋਪਟ ਕਰ ਲੈਂਦੇ ਹਾਂ, ਹਰ ਕੀ ਸਾਲ ਅਡੋਪਟ ਕਰ ਲੈਂਦੇ ਹਾਂ, ਪੇਂਟ ਕਰਦੇ ਹਾਂ, ਲਾਇਬ੍ਰੇਰੀ ਦੇ ਦਿੰਦੇ ਹਾਂ, ਅਤੇ ਇਸ ਤੋਂ ਬਾਅਦ ਇੱਕ ਹੋਰ ਕਮਰਾ ਮਿਲ ਗਿਆ ਨਾ ਟੀਚਰ ਦਾ, ਅਤੇ ਉਸ ਤੋਂ ਬਾਅਦ ਜਿਹੜਾ ਸਾਰਾ ਸਕੂਲ ਦੀ ਛੱਤ ਆ ਉਹ ਵੀ ਠੀਕ ਕਰਤੀ ਆ, ਜਿਹੜੇ ਕੰਧ ਆ ਉਹ ਵੀ ਉੱਚੀ ਕਰਤੀ ਆ। ਇੰਡੀਅਨ ਡੇ ਜਾਂ ਸਕੂਲ ਬ੍ਰੈਂਡ ਨਿਊ ਸਕੂਲ ਲੈ ਕੇ ਜਾਓਗੇ, ਪੂਰਾ ਨਵਾਂ ਹੋ ਜਾਊਗਾ। ਕਾਰਨ ਕੀ ਹੈ, ਸਕੂਲ ਕਿਉਂ ਚੁਣਿਆ ਤੁਸੀਂ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਇਸ ਸਕੂਲ ਦੀ ਇੱਕ ਵੀਡੀਓ ਮੈਨੂੰ ਭੇਜੀ ਗਈ ਸੀਗੀ, ਵੀਡੀਓ ਵਿੱਚ ਮੈਨੂੰ ਪਤਾ ਲੱਗਿਆ ਕਿ ਆਹ ਸਕੂਲ ਦੇ ਵਿੱਚ ਆ ਕਾਮਯਾਬੀ ਹੁੰਦੀ ਆ। ਮੈਂ ਵੀ ਸੁਣਿਆ ਕਿ 3 ਸਾਲ ਵਿੱਚ ਇਹਨਾਂ ਨੂੰ ਜਿਵੇਂ ਕਿ ਸਕੂਲ ਵਿੱਚ ਦਾਖਲ ਕਰਨਾ ਹੋਵੇ 3 ਈਅਰਸ ਵੇਟਿੰਗ ਪੀਰੀਅਡ ਆ। ਅੱਛਾ, ਸਰਪ੍ਰਾਈਜ਼ਿੰਗ ਆਫ ਗੌਰਮੈਂਟ ਸਕੂਲ ਦੇ ਵਿੱਚ ਹੈ ਨਾ, ਗੌਰਮੈਂਟ ਸਕੂਲ ਲੋਕ ਆਉਂਦੇ ਨੇਗੇ, ਪਰ ਇਹ ਸਕੂਲ ਵਿੱਚ ਜਿਵੇਂ ਕਿ ਸਪੈਸ਼ਲ ਆ। ਮੈਂ ਪ੍ਰਿੰਸੀਪਲ ਸਾਹਿਬ ਦਾ ਜਾਂ ਕਿ ਉਹਦੇ ਟੀਚਰ ਦਾ ਨਾ ਬਹੁਤ ਜਿਵੇਂ ਕਿ ਕਹਿੰਦਾ ਹਾਰਡ ਵਰਕ, ਮਿਹਨਤ ਨਾ ਪੇਅਰ ਆਫ ਕੀਤੀ ਆ, ਤਾਂ ਜੋ ਮੈਂ ਚੁਣਿਆ ਕਿ ਇੰਡੀਅਨ ਦੇ ਇਟਸ ਵਰਥ ਕਮਿੰਗ ਟੂ ਦੀ ਸਕੂਲ ਕੰਮ ਕਰਨ ਵਾਸਤੇ, ਸੇਵਾ ਕਰਨ ਵਾਸਤੇ। ਅਸੀਂ ਸਿੰਗਾਪੁਰ ਵਿੱਚ ਸਾਡੇ ਸਕੂਲ ਬਹੁਤ ਚੰਗੇ ਆ, ਤਾਂ ਅਸੀਂ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਵਿੱਚ ਵੀ ਸਕੂਲ ਚੰਗੇ ਹੋਏ, ਬਿਕੋਜ਼ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ। ਸੋ ਅਸੀਂ ਇਹ ਬੱਚਿਆਂ ਨੂੰ ਚੰਗਾ ਸਕੂਲ ਦੇਣਾ ਚਾਹੁੰਦੇ ਹਾਂ, ਸੋ ਇਹ ਚੰਗੀ ਪੜ੍ਹ ਸਕਦੇ। ਅਤੇ ਸਰ, ਇੱਥੇ ਇਕੱਲੇ ਸਰਕਾਰੀ ਸਕੂਲਾਂ ਨਾਲੋਂ ਨਹੀਂ, ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵੱਖਰਾ ਨਜ਼ਰ ਆਉਂਦਾ। ਉਹ ਕਾਰਨ ਇਹ ਹੈ ਕਿ ਇਕੱਲੇ ਪੜ੍ਹਾਈ ਦੇ ਨਾਲ ਨਾਲ ਦੂਸਰੀਆਂ ਐਕਟੀਵਿਟੀਜ਼ ਸਾਡੀਆਂ ਜੋ ਵੀ ਸਕੂਲ ਦੇ ਵਿੱਚ ਹੋ ਸਕਦੀਆਂ, ਗੇਮਸ ਨੇ ਜਾਂ ਦੂਸਰੀਆਂ, ਆਪਣਾ ਭਾਸ਼ਣ ਮੁਕਾਬਲਾ ਹੈ, ਕਵਿਤਾ ਉਚਾਰਨ ਹੈ, ਕਵਿਸ਼ਰੀ ਹੈ, ਹੈਂਡ ਰਾਈਟਿੰਗ ਬੱਚਿਆਂ ਦੀ ਹੈ, ਸਾਰਾ ਕੁਝ ਇਹਦੇ 'ਚ ਅਸੀਂ ਸ਼ਾਮ ਤੱਕ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ। ਟਾਈਮਿੰਗ ਕੀ ਹੈ ਜਿਹੜੀ ਵੱਖਰੀ ਹੈ? ਟਾਈਮਿੰਗ ਦੇਖੋ, 9 ਤੋਂ 3 ਜਿਹੜਾ ਆਪਣਾ ਸਰਕਾਰੀ ਟਾਈਮ ਜੋ ਹੈ ਉਹ ਲੱਗਦਾ ਸਕੂਲ, 3 ਵਜੇ ਤੋਂ ਬਾਅਦ 1 ਘੰਟਾ ਸਾਡੇ ਰੈਮੇਡੀਅਲ ਕੋਚਿੰਗ ਹੁੰਦੀ ਹੈ, ਜਿਹੜੇ ਕਮਜ਼ੋਰ ਬੱਚੇ ਅਸੀਂ ਦਿਨ ਦੇ ਵਿੱਚ ਵੇਖਦੇ ਹਾਂ ਕਿ ਕਮਜ਼ੋਰ, ਉਹਨਾਂ ਦੀ ਦੂਸਰੇ ਬੱਚਿਆਂ ਦੀ ਹੈਲਪ ਦੇ ਨਾਲ ਉਹਨਾਂ ਨੂੰ ਪੜ੍ਹਾਉਂਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਸਾਡੇ ਕੋਲ 5th ਕਰਕੇ ਜਾਂਦੇ ਨੇ ਬੱਚੇ, ਦੂਸਰੇ ਸਕੂਲਾਂ 'ਚ ਚਲੇ ਜਾਂਦੇ ਨੇ, ਉਹ ਵੀ ਆਉਂਦੇ ਨੇ ਸ਼ਾਮ ਨੂੰ। ਉਹਨਾਂ ਤੋਂ ਅਸੀਂ ਬਿਨਾਂ ਕਿਸੇ ਫੀਸ ਦੇ ਉਹਨਾਂ ਨੂੰ ਸ਼ਾਮ ਤੱਕ ਅਸੀਂ ਟੀਚ ਕਰਦੇ ਹਾਂ, ਮੈਥ ਅਤੇ ਸਾਇੰਸ ਦੀ ਕੋਈ ਸਾਡੇ ਤੋਂ ਜੋ ਵੀ ਉਹਨਾਂ ਦੀ ਹੈਲਪ ਹੁੰਦੀ ਹੈ ਅਸੀਂ ਕਰ ਦਿੰਦੇ ਹਾਂ। ਮੈਂ ਇੱਥੇ ਸਪੈਸ਼ਲੀ ਅੱਜ ਇਹ ਟੀਚਰਸ ਨੂੰ, ਇਸ ਸਕੂਲ ਦੇ ਜਿਹੜੇ ਟੀਚਰ, ਉਹਨਾਂ ਨੂੰ ਮੁਬਾਰਕਬਾਦ ਦੇਣ ਆਇਆ ਕਿ ਜਦਕਿ ਅੱਜ ਕੱਲ੍ਹ ਪ੍ਰਾਈਵੇਟ ਸਕੂਲ ਦਾ ਜਿਹੜਾ ਫੈਸ਼ਨ ਚੱਲਿਆ ਹੋਇਆ ਉਹਦੇ ਵਿੱਚ ਰਤੋਕੇ ਸਕੂਲ ਨੇ ਇੱਕ ਆਪਣਾ ਮਾਰਕ ਬਣਾਇਆ ਅਤੇ ਉਹਦੇ ਵਿੱਚ ਉਹਨਾਂ ਨੂੰ ਸਵੇਰੇ ਇਹ ਦੱਸਿਆ ਗਿਆ 8 ਤੋਂ 8 ਜਿਹੜਾ ਉਹ ਸਕੂਲ ਲੱਗਦਾ, ਅਤੇ ਈਵਨ ਹੋਲੀਡੇ ਵਾਲੇ ਦਿਨ ਜੇ ਕਿਤੇ ਛੁੱਟੀ ਵੀ ਹੁੰਦੀ ਹੈ, ਐਤਵਾਰ ਵੀ ਹੁੰਦਾ, ਉਸ ਦਿਨ ਵੀ ਸਕੂਲ ਲੱਗਦਾ। ਬੱਚੇ ਜਿਹੜੇ ਆਸੇ ਪਾਸੇ ਦੇ ਬਹੁਤ ਬਹੁਤ ਦੂਰੋਂ ਇਹਨਾਂ ਦੇ ਬੱਚੇ ਆ ਜਿਹੜੇ ਉੱਥੇ ਆ ਰਹੇ ਆ ਜਿਹੜੇ ਕਿ ਇੱਥੇ ਦਾਖਲਾ ਲੈਣ ਲਈ, ਅਤੇ ਨਾਲ ਇਹ ਵੀ ਪਤਾ ਲੱਗਿਆ ਵੀ ਅਹਿਮਦਾਬਾਦ ਗੁਜਰਾਤ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਦਵਾਰਕਾਧੀਸ਼ ਮੰਦਿਰ 'ਚ ਪੂਜਾ ਤੋਂ ਬਾਅਦ ਕਰਨ ਵਾਲੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰਚਾਰ ਮੁਹਿੰਮ ਦੇ ਆਖਰੀ ਦਿਨ ਇੱਥੇ ਇਤਿਹਾਸਿਕ ਜਗਨਨਾਥ ਮੰਦਿਰ ਦਾ ਦੌਰਾ ਕੀਤਾ। ਗੁਜਰਾਤ ਵਿੱਚ 2 ਦਰਜਨ ਤੋਂ ਵੱਧ ਮੰਦਿਰਾਂ ਦਾ ਦੌਰਾ ਕਰ ਚੁੱਕੇ ਰਾਹੁਲ ਗਾਂਧੀ ਮੰਗਲਵਾਰ ਨੂੰ ਸ਼ਹਿਰ ਦੇ ਜਮਾਲਪੁਰ ਸਥਿਤ ਜਗਨਨਾਥ ਮੰਦਿਰ ਪੁੱਜੇ ਅਤੇ ਪੂਜਾ ਕੀਤੀ। ਇਸ ਦੇ ਮੁੱਖ ਪੁਜਾਰੀ ਮਹੰਤ ਦਲੀਪ ਦਾਸ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਵੀ ਦਿੱਤਾ। ਆਪਣੀ ਸਲਾਨਾ ਰੱਥ ਯਾਤਰਾ ਲਈ ਮਸ਼ਹੂਰ ਇਸ ਮੰਦਿਰ ਵਿੱਚ ਰਾਹੁਲ ਗਾਂਧੀ ਨੇ ਆਰਤੀ ਵੀ ਲਈ
ਅਤੇ ਉਹਨਾਂ ਨੇ ਇਸ ਦੇ ਨਾਲ ਹੀ ਚੋਣਾਂ ਦੌਰਾਨ ਰਾਜ ਦੇ 27 ਮੁੱਖ ਮੰਦਰਾਂ ਦਾ ਦੌਰਾ ਕੀਤਾ, ਜਿਸ ਵਿੱਚ ਸੋਮਨਾਥ ਦਾ ਉਹਨਾਂ ਦਾ ਵਿਵਾਦਪੂਰਨ ਦੌਰਾ ਵੀ ਸ਼ਾਮਿਲ ਸੀ, ਜਦੋਂ ਉਹਨਾਂ ਦਾ ਨਾਂ ਗੈਰ ਹਿੰਦੂ ਰਜਿਸਟਰ ਵਿੱਚ ਦਰਜ ਹੋਣ ਨੂੰ ਲੈ ਕੇ ਹੰਗਾਮਾ ਹੋਇਆ ਸੀ। ਵਿਦੇਸ਼ ਜਾਣ ਦੀ ਚਾਹਤ ਨੇ ਫਿਰ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਬਾਂਸ ਦਾ ਹੈ, ਜਿੱਥੇ ਗਲਤ ਢੰਗ ਨਾਲ ਅਮਰੀਕਾ ਜਾਣ ਦੇ ਚੱਕਰ ਵਿੱਚ ਦੇਰ ਰਾਤ ਕੋਲੰਬੀਆ ਵਿੱਚ ਪਲਵਿੰਦਰ ਨਾਂ ਦੇ ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ। ਉੱਥੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਲਵਿੰਦਰ ਦੀ ਲਾਸ਼ ਭਾਰਤ ਲੈ ਕੇ ਆਉਣ ਲਈ ਸਰਕਾਰ ਤੋਂ ਅਪੀਲ ਕੀਤੀ ਹੈ, ਤਾਂ ਕਿ ਉਹ ਆਪਣੇ ਪੁੱਤਰ ਦਾ ਭਾਰਤੀ ਰੀਤੀ ਰਿਵਾਜਾਂ ਨਾਲ ਸੰਸਕਾਰ ਕਰ ਸਕਣ। ਮੇਰਾ ਨਾਂ ਗੁਰਬਚਨ ਸਿੰਘ ਹੈ, ਮੈਂ CRPF ਤੋਂ ਇੰਸਪੈਕਟਰ ਰਿਟਾਇਰ ਹੋਇਆ ਅਤੇ ਬੇਟਾ ਮੇਰਾ ਜਿਹਦੀ ਤਕਰੀਬਨ ਉਮਰ ਹੁਣ 40 ਸਾਲ ਦੇ ਨੇੜੇ ਸੀ, ਅਤੇ ਇਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਅਮੈਰੀਕਾ ਜਾਣਾ, ਅਤੇ ਏਜੰਟ ਨੇ ਇਹਨੇ ਗੱਲ ਕੀਤੀ ਕਿ 25 ਲੱਖ ਰੁਪਈਆ ਲੱਗੇਗਾ ਔਰ ਤੈਨੂੰ ਅਮਰੀਕਾ ਪਹੁੰਚਾ ਦਿਆਂਗੇ। ਅਮਰੀਕਾ ਦੇ ਚੱਕਰ 'ਚ 4 ਤਰੀਕ ਦਸੰਬਰ ਦੀ 4 ਤਰੀਕ ਨੂੰ ਇਹ ਸਵੇਰੇ ਇੱਥੇ ਦਿੱਲੀ ਤੋਂ ਫਲਾਈਟ ਹੋਈ ਹੈ ਅਤੇ 10 ਤਰੀਕ ਕੱਲ੍ਹ ਸੀ, ਕੱਲ੍ਹ ਸਾਨੂੰ ਪਤਾ ਲੱਗ ਗਿਆ ਕਿ ਉਹਦੀ ਡੈਥ ਹੋ ਗਈ। ਡੈਥ ਦਾ ਕਾਰਨ ਅਸੀਂ ਕਾਫੀ ਪਰੇਸ਼ਾਨ ਹਾਂ, ਸਾਨੂੰ ਪਤਾ ਨਹੀਂ ਲੱਗਦਾ ਪਿਆ, ਕਿਉਂਕਿ ਜਿਸ ਤਰ੍ਹਾਂ ਅਸੀਂ ਖੋਜ ਪੜਤਾਲ ਉਹਨਾਂ ਨੇ ਅਸੀਂ ਉਹਨੇ ਪੁੱਛਿਆ ਤਾਂ ਉਹਨਾਂ ਸਾਨੂੰ ਦੱਸਿਆ ਕਿ ਬਾਈ ਇੱਥੋਂ ਇੱਕ ਵਾਰ ਡੋਰ ਜੋ ਕੀਟਾ ਉਹਦੀ ਰਾਜਧਾਨੀ ਹੈ ਉੱਥੇ ਤਾਂ ਨਹੀਂ ਸਹੀ ਗਏ ਨੇ। ਉਹਦੇ ਬਾਅਦ ਉੱਥੋਂ ਇਹ ਫਿਰ ਬੱਸਾਂ ਰਾਹੀਂ ਇਹ ਗਏ ਸੀ ਕੋਲੰਬੀਆ ਦੇਸ਼ ਜਿਹੜਾ ਉੱਥੇ ਪਹੁੰਚੇ ਨੇ। ਉੱਥੇ ਪਹੁੰਚ ਕੇ ਜਦੋਂ ਇਹ ਉਤਰੇ ਨੇ ਗਏ ਤਾਂ ਉੱਥੇ ਕੋਈ ਪ੍ਰੋਬਲਮ ਆਈ ਹੈ ਅਤੇ ਚੁੱਕ ਕੇ ਅਤੇ ਹਸਪਤਾਲ ਲੈ ਗਏ ਨੇ। ਉੱਥੇ ਇੱਕ ਦਿਨ ਰਹਿ ਅਤੇ ਕੱਲ੍ਹ ਦੀ ਦਿਹਾੜੀ ਉਹਨਾਂ ਦੱਸਿਆ ਸਾਨੂੰ 2:30 ਵਜੇ ਮੇਰੀ ਡੈਥ ਹੋ ਗਈ ਹੈ। ਅਸੀਂ ਹੁਣ ਬੇਨਤੀ ਕਰਨੇ ਹਾਂ, ਚਲੋ ਡੈਥ ਜਿਹੜੀ ਹੋ ਗਈ ਹੈ ਭਾਰਤ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਨੇ ਹਾਂ ਕਿ ਮੇਰੇ ਪੁੱਤਰ ਦੀ ਲਾਸ਼ ਦਵਾਈ ਜਾਏ ਤਾਂ ਕਿ ਅਸੀਂ ਉਹਦਾ ਜੋ ਰਹਿੰਦਾ ਕਿਰਿਆ ਕਰਮ ਅਸੀਂ ਕਰ ਸਕੀਏ। ਇਹ ਮੇਰੀ ਪਰਜੋਰ ਦੋਨੋਂ ਹੱਥ ਜੋੜ ਕੇ ਭਾਰਤ ਸਰਕਾਰ ਦੇ ਵਿੱਚ ਖਾਸ ਕਰ ਵਿਦੇਸ਼ ਮੰਤਰੀ ਦੇ ਚਰਨਾਂ 'ਚ ਬੇਨਤੀ ਹੈ ਕਿ ਮੇਰੇ ਬੇਟੇ ਦੀ ਉੱਥੋਂ ਜੋ ਲਾਸ਼ ਕਿਸੇ ਨਾ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਵੀ ਹੋਵੇ ਇੱਥੇ ਇੰਡੀਆ ਲਿਆਂਦੀ ਜਾਵੇ। ਪਦਮ ਸ਼੍ਰੀ ਅਤੇ ਅਰਜੁਨ ਅਵਾਰਡ ਜੇਤੂ ਸੰਗਰੂਰ ਦੇ ਖਨਾਲ ਖੁਰਦ ਦਾ ਰਹਿਣ ਵਾਲਾ ਅੰਤਰਰਾਸ਼ਟਰੀ ਬਾਕਸਰ ਕੌਰ ਸਿੰਘ ਅੱਜ ਆਪਣੇ ਬੁਢਾਪੇ ਵਿੱਚ ਇਲਾਜ ਕਰਾਉਣ ਲਈ ਅਸਮਰਥ ਹੈ। ਜਿਸ ਵਿਅਕਤੀ ਨੇ ਦੇਸ਼ ਅਤੇ ਰਾਜ ਲਈ ਬਾਕਸਿੰਗ ਦੇ ਮੈਡਲ ਜਿੱਤੇ ਅੱਜ ਉਸੀ ਦਾ ਪਰਿਵਾਰ ਸਰਕਾਰਾਂ ਨੂੰ ਕੋਸ ਰਿਹਾ। ਜਦੋਂ ਕੌਰ ਸਿੰਘ ਖੇਡਦਾ ਸੀ ਤਾਂ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਨੂੰ ਮੈਡਲ ਦਿੱਤੇ ਜਾਂਦੇ ਸੀ ਅਤੇ ਆਰਥਿਕ ਮਦਦ ਦੇਣ ਦੇ ਵੀ ਐਲਾਨ ਕਰਦੀ ਸੀ। ਉਹਨਾਂ ਨੂੰ ਆਰਥਿਕ ਮਦਦ ਤਾਂ ਕੀ ਦੇਣੀ ਸੀ, ਉਲਟਾ ਜਦੋਂ ਉਹ ਬਿਮਾਰ ਹਾਲਤ ਵਿੱਚ ਹਸਪਤਾਲ ਪਏ ਨੇ ਤਾਂ ਵੀ ਸਰਕਾਰ ਜਾਂ ਖੇਡ ਵਿਭਾਗ ਨੇ ਉਹਨਾਂ ਦੀ ਖਬਰਸਾਰ ਤੱਕ ਨਹੀਂ ਲਈ। 20 ਲੱਖ ਰੁਪਈਏ ਦਾ ਐਲਾਨ ਕੀਤਾ ਸੀ ਤੇ ਉਹ ਸਾਨੂੰ ਨਹੀਂ ਮਿਲਿਆ, ਤੇ ਹੋਰ ਵੀ ਬੜੇ ਐਲਾਨ ਕੀਤੇ ਸੀਗੇ ਜਣਾਓ ਜੀ, ਸਾਡਾ ਮਨ ਟੁੱਟ ਗਿਆ। ਫਿਰ ਉਹਨਾਂ ਨੇ ਖੇਡਦਿਆਂ ਦਾ ਗੇਮ ਖੇਡਦਿਆਂ ਦਾ ਸਰ ਮੇਰਾ ਨਾਮ ਭੀਮਲਿੰਦਰ ਸਿੰਘ ਹੈ ਜੀ, ਸਰਦਾਰ ਕੌਰ ਸਿੰਘ ਰਿਸ਼ਤੇ ਮੈਂ ਹਮਾਰੇ ਤਾਇਆ ਹੀ ਲਗਤੇ ਹੈ ਔਰ ਉਹ ਪਹਿਲੇ 1970 ਸੇ ਪਹਿਲੇ ਫੌਜ ਮੇਂ ਮਤਲਬ ਕਰਤੇ ਥੇ ਨੌਕਰੀ, ਤੋ ਵਹਾਂ ਪੇ ਉਹਨੇ ਬਾਕਸਿੰਗ ਸਟਾਰਟ ਕੀ ਤੋ ਉਹਨੇ ਭਾਰਤ ਕੇ ਲੀਏ ਬਹੁਤ ਸਾਰੇ ਮੈਡਲ ਲਾਏ, ਉਹਨੇ ਭਾਰਤ ਕਾ ਨਾਮ ਰੋਸ਼ਨ ਕੀਆ, ਏਸ਼ੀਆ ਮੇਂ ਵੀ ਉਨਕੇ ਕਾਫੀ ਸਾਰੇ ਮੈਡਲ ਹੈ। ਤੋ ਉਸਕੇ ਬਾਅਦ ਵੋ ਫੌਜ ਕੀ ਨੌਕਰੀ ਮੇਂ ਉਨਕੋ ਅਰਜੁਨ ਅਵਾਰਡ ਮਿਲਾ ਔਰ ਪਦਮ ਸ਼੍ਰੀ ਮਿਲਾ, ਜੋ ਕਿ ਇੱਕ ਬਹੁਤ ਹੀ ਬੜੇ ਨਾਮ ਕੇ ਮੈਡਲ ਹੈ। ਉਸਕੇ ਬਾਅਦ ਉਹ ਪੰਜਾਬ ਮੇਂ ਆਏ ਔਰ ਪੰਜਾਬ ਪੁਲਿਸ ਮੇਂ ਭਰਤੀ ਹੋ ਗਏ, ਉਹ ਕਿ ਪੰਜਾਬ ਪੁਲਿਸ ਮੇਂ ਵੀ ਕਾਫੀ ਸੇਵਾ ਨਿਭਾਈ ਉਹਨੇ, ਵਹਾਂ ਪੇ ਜਲੰਧਰ ਸਪੋਰਟਸ ਕੈਂਟ ਮੇਂ ਉਹਨੇ ਇੱਕ ਕੋਚ ਕੇ ਅਹੁਦੇਦਾਰੀ ਪੇ ਕਾਫੀ ਸਾਰੇ ਆਪਣੇ ਸਟੂਡੈਂਟਸ ਕੋ ਮਤਲਬ ਗੇਮ ਕਾ ਜੋ ਪਲੈਨ ਥਾ ਉਹ ਬਤਾਇਆ, ਮਤਲਬ ਕਿਸ ਤਰ੍ਹਾਂ ਸੇ ਖੇਲਣਾ ਹੈ ਕੋਚਿੰਗ ਕੇ ਤੌਰ ਪੇ, ਉਹਨੇ ਕਾਫੀ ਸਾਰੇ ਬੱਚੋਂ ਕੋ ਵਹਾਂ ਪੇ ਬੜੋਤਰੀ ਦੀ। ਲੇਕਿਨ ਇਤਨੇ ਬੜੇ ਨਾਮ ਹੋਣੇ ਕੇ ਬਾਅਦ ਵੀ ਸਰਕਾਰ ਉਹਨੇ ਉਹਨਾਂ ਕੀ ਕੋਈ ਅੱਛੀ ਮਦਦ ਨਹੀਂ ਕੀ ਹੈ। ਹੁਣ ਵੇਲਾ ਆ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।